ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ ਕੌਰ ਤੇ ਅਜੀਤ ਵੈਬ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸਾਡੇ ਵਿਦਾਇਕ ਵਿੱਚ ਤੇ ਅੱਜ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਨ੍ਹਾਂ ਨਾਲ ਤੁਹਾਨੂੰ ਰੂਬਰੂ ਕਰਾਂ ਜਾ ਰਹੇ ਹਾਂ ਉਹ ਨੇ ਅਕਾਲੀ ਪਾਜਪਾ ਦੇ ਆਦਮਪੁਰ ਤੋਂ ਦੂਜੀ ਵਾਰ ਜੇਤੂ ਰਹੇ ਵਿਦਾਇਕ ਪਵਨਤੀ ਨੂੰ ਜੀ ਸਤਿ ਸ਼੍ਰੀ ਅਕਾਲ ਪਵਨ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਕਿ ਅਕਾਲੀ ਪਾਜਪਾ ਗਠਜੋੜ ਸੱਤਾ ਵਿੱਚ ਤਾਂ ਨਹੀਂ ਆ ਸਕਿਆ ਪਰ ਤੁਸੀਂ ਆਦਮਪੁਰ ਤੋਂ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਅਕਾਲੀ ਭਾਜਪਾ ਦੇ ਹਾਰ ਦੇ ਕਾਰਨ ਕੀ ਰਹੇ ਹੋਣਗੇ ਸਭ ਤੋਂ ਪਹਿਲਾਂ ਮੈਂ ਅਜੀਤ ਵੈਬ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਰਪ੍ਰੀਤ ਜੀ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਟੂਡੀਓ 'ਚ ਬੁਲਾ ਕੇ ਗਾ ਸਾਰੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ ਆ ਆਦਮਪੁਰ ਦੇ ਸਾਰੇ ਵੋਟਰਾਂ ਦਾ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਦੂਸਰਾ ਕੁਐਸਚਨ ਸੀ ਤੁਹਾਡਾ ਅਕਾਲੀ ਭਾਰਤੀ ਅਕਾਲੀ ਭਾਜਪਾ ਦੇ ਹਾਰ ਦੇ ਕਾਰਨ ਜੀ ਦੇਖੋ ਜੇ ਆਪਾਂ ਪਿਛਲੇ 10 ਸਾਲ ਦੇ ਪਹਿਲਾਂ ਕੰਮ ਦੇਖੀਏ ਸਰਕਾਰ ਦੇ ਜੀ ਕੰਮਾਂ 'ਚ ਕੋਈ ਕਮੀ ਨਹੀਂ ਚਾਹੇ ਉਹ ਬਿਜਲੀ ਹੈ ਚਾਹੇ ਉਹ ਹਾਈਵੇ ਹੈ ਚਾਹੇ ਉਹ ਲਿੰਕ ਰੋਡ ਨੇ ਚਾਹੇ ਉਹ ਸਕੂਲ ਨੇ ਚਾਹੇ ਪੁਲਿਸ ਡਿਪਾਰਟਮੈਂਟ ਹੈ ਕੰਮ ਸਰਕਾਰ ਨੇ 10 ਸਾਲ ਕੀਤੇ ਜੀ ਔਰ ਕਈ ਖੇਤਰਾਂ ਵਿੱਚ ਗਵਰਨਮੈਂਟ ਆਫ ਪੰਜਾਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ 'ਚ ਅਵਾਰਡ ਮਿਲੇ ਜੀ ਲੇਕਿਨ 10 ਸਾਲ ਦੀ ਐਂਟੀ ਇਨਕੰਮਨਸੀ ਕਹਿ ਲੋ ਜਾਂ ਲੋਕ ਬਦਲਾਅ ਕਰਨਾ ਚਾਹੁੰਦੇ ਸੀ ਜਾਂ ਸਾਰੀਆਂ ਤਾਕਤਾਂ ਇੱਕ ਵਾਰੀ ਸਿਰਫ ਉਹਨਾਂ ਦਾ ਇੱਕੋ ਹੀ ਨਿਸ਼ਾਨਾ ਸੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਚਾਹੇ ਉਹ ਆਮ ਆਦਮੀ ਪਾਰਟੀ ਸੀ ਚਾਹੇ ਕਾਂਗਰਸ ਸੀ ਚਾਹੇ ਅ ਮੀਡੀਆ ਦਾ ਵੀ ਇੱਕ ਸੈਕਸ਼ਨ ਔਰ ਸੋਸ਼ਲ ਮੀਡੀਆ ਤੇ ਜਿਹੜਾ ਝੂਠਾ ਭੰਡੀ ਪ੍ਰਚਾਰ ਹੋਇਆ ਜੀ ਉਹ ਵੀ ਇੱਕ ਸਾਡੀ ਹਾਰ ਦਾ ਮੈਂ ਸਮਝਦਾ ਕਾਰਨ ਰਿਹਾ ਜੀ ਪਰ ਤੁਸੀਂ ਕਿਹਾ ਕਿ ਆ ਆਮ ਜਨਤਾ ਚਾਹਦੀ ਸੀ ਸੱਤਾ ਦੀ ਤਬਦੀਲੀ ਪਾਰਟੀ ਚਾਹਦੀ ਸੀ ਹੋਰ ਆਏ ਪਰ ਆਮ ਜਿਹੜੀ ਜਨਤਾ ਹੈ ਉਹ ਕਿਉਂ ਇੰਨੀ ਅਗੇਂਸਟ ਹੋ ਗਈ ਜੇ ਸਰਕਾਰ ਨੇ ਇੰਨੇ ਕੰਮ ਕੀਤੇ ਅ ਤਾਂ ਦੇਖੋ ਆਮ ਜਨਤਾ ਇੰਨੀ ਅਗੇਂਸਟ ਨਹੀਂ ਹੋਈ ਜੀ ਕਿਉਂਕਿ ਇੰਨੇ ਉਲਟ ਹਾਲਾਤਾਂ ਦੇ ਬਾਵਜੂਦ ਵੀ ਜੀ ਕਹ ਲਈਏ ਕਿ ਆਂਧੀ ਦੇ ਆਂਧੀ ਸੀ ਚੱਲ ਰਹੀ ਐ ਇਸ ਵਾਰੀ ਅੱਗ ਦੀ ਹਵਾ ਸੀ ਇਹ ਜੀ ਜਦੋਂ ਲੋਕ ਕਹਿੰਦੇ ਸੀ ਜੀ ਅਕਾਲੀ ਦਲ ਬੀਜੇਪੀ ਨੂੰ ਤਾਂ 4 ਸੀਟਾਂ ਮਿਲਣੀਆਂ ਕੋਈ ਕਹਿੰਦਾ ਸੀ 5 ਮਿਲਣੀਆਂ ਸ਼ਰਤਾਂ ਲੱਗਦੀਆਂ ਸੀ ਜੀ ਉਹਦੇ باوجود ਵੀ ਅਸੀਂ ਪੰਜਾਬ ਵਿੱਚ ਦੂਜੇ ਨੰਬਰ ਤੇ ਵੋਟ ਹਾਸਲ ਕੀਤਾ ਜੀ ਪਰਸੈਂਟੇਜ ਆਫ ਵੋਟ ਜਿਹੜਾ ਸਾਡਾ ਦੂਜੇ ਨੰਬਰ ਤੇ ਆ ਜੀ ਬਿਲਕੁਲ ਤੇ ਸੀਟਾਂ ਵੀ ਸਾਨੂੰ 4 ਤੇ 7 ਕਹਿਣ ਵਾਲਿਆਂ ਨੂੰ ਜਵਾਬ ਮਿਲ ਗਿਆ ਅਸੀਂ 18 ਸੀਟਾਂ ਜਿੱਤ ਕੇ ਵਿਧਾਨ ਸਭਾ ਚ ਆ ਗਏ ਜੀ ਬਿਲਕੁਲ ਤੇ ਲੋਕੀ ਇਹ ਵੀ ਕਹਿੰਦੇ ਸੀ ਲਓ ਜੀ ਬਾਦਲ ਸਾਹਿਬ ਵੀ ਹਾਰ ਜਾਣਗੇ ਜੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਵੀ ਹਾਰ ਜਾਣਗੇ ਉਹ ਵੀ ਸਾਰੇ ਵੱਡੇ ਮਾਰਜਨ ਨਾਲ ਜਿੱਤ ਕੇ ਆਏ ਜੀ ਬਿਲਕੁਲ ਸੋ ਜਿਹੜਾ ਪ੍ਰਚਾਰ ਹੋਇਆ ਉਹਦੇ ਕਰਕੇ ਸਾਨੂੰ ਕਈਆਂ ਸੀਟਾਂ ਤੇ ਨੁਕਸਾਨ ਹੋਇਆ ਔਰ ਕਈ ਸੀਟਾਂ ਸਾਡੀਆਂ ਦੁਆਬੇ ਚ ਵੀ ਦੁਆਬੇ ਤੋਂ ਬਾਹਰ ਵੀ ਮਾਝੇ ਚ ਵੀ 2000 ਤੋਂ ਘੱਟ ਮਾਰਜਨ ਤੇ ਸਾਡੀਆਂ ਬਹੁਤ ਸਾਰੀਆਂ ਸੀਟਾਂ ਹਾਰ ਗਏ ਮਤਲਬ ਤੁਹਾਡੇ ਕਹਿੰਦਾ ਕਿ ਜਿਹੜਾ ਸੋਸ਼ਲ ਮੀਡੀਆ ਉਹਨੇ ਬਹੁਤ ਵੱਡਾ ਰੋਲ ਅਦਾ ਕੀਤਾ yes ਸੋਸ਼ਲ ਮੀਡੀਆ ਦਾ ਨੈਗੇਟਿਵ ਰੋਲ ਸੀ ਔਰ ਉਹ ਉਹਦੇ ਵਿੱਚ ਬਾਰੀ ਤਾਕਤਾਂ ਵੀ ਸੀ ਜਿਹੜੀਆਂ ਪੰਜਾਬ ਨੂੰ ਖਿਲਾਰਨਾ ਚਾਹੁੰਦੀਆਂ ਸੀ ਪੰਜਾਬ ਵਿੱਚ ਅਮਨ ਨੂੰ ਖਤਮ ਕਰਨਾ ਚਾਹੁੰਦੀਆਂ ਸੀ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੀਆਂ ਸੀ ਉਹਦਾ ਬਹੁਤ ਵੱਡਾ ਰੋਲ ਸੀ ਜਿਹਦਾ ਨੁਕਸਾਨ ਸਿੱਧਾ ਅਕਾਲੀ ਦਲ ਨੂੰ ਝੇਲਣਾ ਪਿਆ ਲੇਕਿਨ ਕੋਈ ਗੱਲ ਨਹੀਂ ਸਰਕਾਰਾਂ ਆਉਂਦੀਆਂ ਰਹਿੰਦੀਆਂ ਸਰਕਾਰਾਂ ਜਾਂਦੀਆਂ ਰਹਿੰਦੀਆਂ ਜੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਇੱਕ ਬੜੀ ਸਥਾਪਿਤ ਔਰ ਇਤਿਹਾਸਿਕ ਔਰ ਔਰ ਬਹੁਤ ਹੀ ਸਥਾਪਿਤ ਪਾਰਟੀ ਹੈ ਪਾਰਟੀ ਹੈ ਜੀ ਔਰ ਜਿਨੇ ਦੇਸ਼ ਦੀ ਇੰਡੀਪੈਂਡੈਂਸ ਦੀ ਲੜਾਈ ਵਿੱਚ ਵੀ ਹਿੱਸਾ ਪਾਇਆ ਸੁਤੰਤਰਤਾ ਵਿੱਚ ਵੀ ਹਿੱਸਾ ਪਾਇਆ ਜੀ ਔਰ ਬਾਅਦ ਵਿੱਚ ਧਾਰਮਿਕ ਤੌਰ ਤੇ ਵੀ ਬਹੁਤ ਵੱਡਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਆ ਯੋਗਦਾਨ ਆ ਤੇ ਸ਼੍ਰੋਮਣੀ ਅਕਾਲੀ ਦਲ ਏ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਤੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਸੰਘਰਸ਼ ਤੇ ਲੜਦਾ ਰਹੂਗਾ ਕੰਮ ਕਰਦਾ ਰਹੂਗਾ ਜੀ ਅ ਦੇਖੋ ਜੀ ਜਿੱਥੇ ਬਾਕੀ ਸਾਰੇ ਵਿਧਾਇਕ ਕਾਫੀ ਮਤਲਬ ਬਹਾਰੇ ਨੇ ਅਕਾਲੀ ਸ਼ੋਮੀ ਅਕਾਲੀ ਦਲ ਤੇ ਭਾਜਪਾ ਦੇ ਤੁਸੀਂ ਬੜੇ ਵੱਡੇ ਮਾਰਜਨਲ ਤੁਸੀਂ ਜਿੱਤ ਹਾਸਲ ਕੀਤੀ ਹੈ ਤੇ ਤੁਸੀਂ ਆਪਣੀ ਇਸ ਜਿੱਤ ਦਾ ਸੇਰਾ ਕਿੰਦੇ ਸਰ ਬੰਨਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਹਲਕੇ ਦੇ ਬਹੁਤ ਸਿਆਣੇ ਵੋਟਰਾਂ ਦਾ ਧੰਨਵਾਦ ਕਰਦਾ ਕਿ ਉਲਟ ਹਾਲਾਤਾਂ ਦੇ ਬਾਵਜੂਦੋਂ ਕੋਈ ਕਈ ਤਾਂ ਸਾਨੂੰ ਤੀਜੇ ਨੰਬਰ ਤੇ ਗਿਣਦੇ ਸੀ ਜੀ ਬਿਲਕੁਲ ਕੋਈ ਕਹਿੰਦਾ ਸੀ ਅਸੀਂ ਜ਼ਮਾਨਤ ਜप्त ਹੋ ਗਈ ਜੀ ਅਕਾਲੀਆਂ ਦੀ ਤਾਂ ਇਥੋਂ ਲੇਕਿਨ ਲੋਕ ਬੜੇ ਸਿਆਣੇ ਹੋ ਗਏ ਹਰਪ੍ਰੀਤ ਜੀ ਅਸੀਂ ਡਰਦੇ ਸੀ ਪਹਿਲਾਂ ਵੀ ਅਸੀਂ ਇੰਨੇ ਕੰਮ ਕੀਤੇ ਆ ਵਿਕਾਸ ਦੇ ਸੀਵਰੇਜ ਦਾ ਕੰਮ ਪਿੰਡਾਂ 'ਚ ਅਸੀਂ ਜਿਮ ਬਣਾਏ ਸਟੇਡੀਅਮ ਬਣਾਏ ਮੈਂ ਆਪਣੇ ਹਲਕੇ 'ਚ ਦੋ ਆਈਟੀਆਈ ਬਣਾਈਆਂ ਜੀ ਤਾਂ ਕਿ ਨੌਜਵਾਨ ਬੱਚੇ ਉੱਥੋਂ ਟੈਕਨੀਕਲ ਐਜੂਕੇਸ਼ਨ ਲੈ ਸਕਣ ਪ੍ਰੋਫੈਸ਼ਨਲ ਐਜੂਕੇਸ਼ਨ ਲੈ ਸਕਣ ਔਰ ਮੈਨੂੰ ਇਸ ਗੱਲ 'ਚ ਕਹਿਣ 'ਚ ਕੋਈ ਸ਼ਰਮ ਨਹੀਂ ਕਈ ਹਲਕਿਆਂ 'ਚ ਇੱਕ ਵੀ ਆਈਟੀਆ ਪੋਲੀਟੈਕਨੀਕਲ ਹੈ ਨਹੀਂ ਅਸੀਂ ਦੋ ਬਣਾਏ ਪਿੰਨਾ 'ਚ ਜਾ ਕੇ ਦੇਖੋ ਸਿਮਿੰਟ ਦੀਆਂ ਗਲੀਆਂ ਨਾਲੀਆਂ ਬਣਾਤੀਆਂ ਔਰ ਮੈਕਸਿਮਮ ਪਾਣੀ ਦੀਆਂ ਟੈਂਕੀਆਂ ਜਿਹੜੀਆਂ ਜਿਹਨੂੰ ਆਪਾਂ ਵਾਟਰ ਵਰਕਸ ਕਹਿ ਦਿੰਨੇ ਆ ਜੀ ਜੇ ਪੂਰੇ ਦੁਆਬੇ 'ਚ ਕਿਸੇ ਹਲਕੇ 'ਚ ਵਾਟਰ ਵਰਕਸ ਸਭ ਤੋਂ ਵੱਧ ਲੱਗੇ ਆ ਤਾਂ ਮੇਰੇ ਹਲਕੇ ਆਦਮਪੁਰ 'ਚ ਬਣਿਆ ਮਿਹਨਤ ਕਰਨੀ ਪੈਂਦੀ ਆ ਲੋਕਾਂ ਦੀ ਸੇਵਾ ਕਰਨੀ ਪੈਂਦੀ ਆ ਭਾਵਨਾ ਨਾਲ ਕੰਮ ਕਰਨਾ ਪੈਂਦਾ ਪੈਸ਼ਨ ਦੇ ਨਾਲ ਸ਼ੌਂਕ ਦੇ ਨਾਲ ਜੀ ਡਿਊਟੀ ਸਿਰਫ ਡਿਊਟੀ ਸਮਝ ਕੇ ਨਹੀਂ ਸ਼ੌਕ ਸਮਝ ਕੇ ਸ਼ਰਦਾ ਸਮਝ ਕੇ ਕੰਮ ਨੂੰ ਅਗਰ ਜਦੋਂ ਅਸੀਂ ਕਰਦੇ ਆ ਤਾਂ ਲੋਕ ਉਹਨੂੰ ਪਹਿਚਾਨਦੇ ਆ ਆਮ ਕਰਕੇ ਲੋਕੀ ਕਹਿ ਦਿੰਦੇ ਆ ਜਿੰਨਾ ਮਰਜ਼ੀ ਕੰਮ ਕਰ ਲਓ ਚੰਗਾ ਕਰ ਲਓ ਲੋਕੀ ਨਹੀਂ ਜਾਣਦੇ ਨਹੀਂ ਮੈਂ ਅੱਜ ਤੁਹਾਡੇ ਰਾਈ ਅਜੀਤ ਵੈਬ ਟੀਵੀ ਦੇ ਸਾਰੇ ਦਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਨਹੀਂ ਲੋਕ ਸਚਾਈ ਦੀ ਲੋਕ ਕਮਾਂ ਦੀ ਕਦਰ ਕਰਦੇ ਆ ਔਰ ਆਦਮਪੁਰ ਚ ਕਰਕੇ ਦਿਖਾਤੀ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਜੀ ਤੁਸੀਂ ਆਪਣੇ ਹਲਕੇ ਦਾ ਇੰਨਾ ਵਿਕਾਸ ਕੀਤਾ ਔਰ ਸ਼ਾਇਦ ਇਸੇ ਲਈ ਲੋਕਾਂ ਨੇ ਤੁਹਾਡੇ ਤੇ ਇੰਨਾ ਵਿਸ਼ਵਾਸ ਜਤਾ ਕੇ ਤੁਹਾਨੂੰ ਉਹਨਾਂ ਨੇ ਇੰਨੇ ਵੱਡੇ ਮਾਰਜਨ ਦੇ ਨਾਲ ਜਿਤਾਇਆ ਪਰ ਹੁਣ ਤੁਸੀਂ ਇੰਨਾ ਵਿਕਾਸ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਪਾਰਟੀ ਜਦੋਂ ਸੱਤਾ ਵਿੱਚ ਸੀ ਤੁਸੀਂ ਉਦੋਂ ਕੀਤਾ ਹੁਣ ਆਪੋਜੀਸ਼ਨ ਹੁਣ ਕਾਂਗਰਸ ਹੈ ਸੱਤਾ ਦੇ ਵਿੱਚ ਤੇ ਹੁਣ ਤੁਸੀਂ ਆਪਣੇ ਹਲਕੇ ਲਈ ਕਿੱਦਾਂ ਕਰੋਗੇ ਤੇ ਕੀ ਕਰੋਗੇ ਦੇਖੋ ਪਹਿਲਾਂ ਤਾਂ ਮੇਰਾ ਇਹ ਨਿਸ਼ਾਨਾ ਹੈ ਕਿ ਜਿਹੜੇ ਕੰਮ ਸਾਡੇ ਚੱਲ ਰਹੇ ਨੇ ਆਨ ਗoing ਪ੍ਰੋਜੈਕਟ ਸਾਡੇ ਹੈਗੇ ਨੇ ਸੀਵਰੇਜ ਦੇ ਨੇ ਤੇ ਉਹਨੂੰ ਮੈਂ ਪੂਰਾ ਕਰਵਾਉਣਾ ਹੈ ਜੀ ਉਹ ਤੁਸੀਂ ਕਿਵੇਂ ਕਰਵਾਓਗੇ ਹੁਣ ਤਾਂ ਆਪੋਜੀਸ਼ਨ ਕਿਉਂਕਿ ਜਿੰਨੇ ਕੰਮ ਸਾਡੀ ਸਰਕਾਰ ਨੇ ਜਿੰਨੇ ਪੈਸੇ ਸੈਂਕਸ਼ਨ ਕੀਤੇ ਆ ਜਿਹੜੀਆਂ ਸਕੀਮਾਂ ਪਾਸ ਕੀਤੀਆਂ ਉਹਨਾਂ ਨੂੰ ਤਾਂ ਸਰਕਾਰ ਰੋਕ ਨਹੀਂ ਸਕਦੀ ਜੀ ਅਗਰ ਰੋਕੇਗੀ ਪੋਲੀਟੀਕਲੀ ਅਗਰ ਪੋਲੀਟੀਕਲ ਵੈਂਡੇਟਾ ਕਰੇਗੀ ਜਾਂ ਹਲਕੇ ਦੇ ਲੋਕਾਂ ਦਾ ਨੁਕਸਾਨ ਕਰੇਗੀ ਤਾਂ ਫਿਰ ਡੈਮੋਕ੍ਰੇਸੀ ਚ ਲੋਕਤੰਤਰ ਚ ਸਭ ਤੋਂ ਵੱਡਾ ਦੇਖੋ ਕਮਿਆਜ਼ਾ ਪਾਰਟੀ ਨੂੰ ਹੀ ਭੁਗਤਣਾ ਪੈਣਾ ਉਹ ਵੀ ਭੁਗਤਣਗੇ ਔਰ ਦੂਜਾ ਫਿਰ ਅਸੀਂ ਉਹਦੀ ਵਿਧਾਨ ਸਭਾ ਚ ਅਸੀਂ ਆਵਾਜ਼ ਉਠਾਵਾਂਗੇ ਆਪੋਜੀਸ਼ਨ ਦਾ ਕੰਮ ਹੁੰਦਾ ਕੰਸਟਰਕਟਿਵ ਆਪੋਜੀਸ਼ਨ ਕਰਨਾ ਫਿਰ ਅਸੀਂ ਆਪੋਜੀਸ਼ਨ ਕਰਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਅਸੀਂ ਕੰਮ ਕਰਨ ਵਾਲੇ ਆ ਤੇ ਇਹ ਕੰਮ ਰੋਕਣ ਵਾਲੇ ਪਰ ਆਪੋਜੀਸ਼ਨ ਤਾਂ ਹੁਣ ਆਪ ਆਪ ਮਤਲਬ ਆਮ ਜਨਤਾ ਦੀ ਨਜ਼ਰ ਵਿੱਚ ਆਪੋਜੀਸ਼ਨ ਆਮ ਹੈ ਆਪ ਹੈ ਆਮ ਆਦਮੀ ਪਾਰਟੀ ਹੈ ਤੇ ਤੁਸੀਂ ਆਪਣਾ ਕੰਮ ਕਿਵੇਂ ਕਰਵਾਓਗੇ ਦੇਖੋ ਆਮ ਪਾਰਟੀ ਜਿਹੜੀ ਆ ਉਹ ਇੱਕ ਜਿੱਦਾਂ ਨਾ ਬਾਦਲ ਸਾਹਿਬ ਨੇ ਪਹਿਲਾਂ-ਪਹਿਲਾਂ ਕਿਹਾ ਸੀ ਵੀ ਇਹ ਤਾਂ ਕੋਈ ਗੁਬਾਰਾ ਆ ਜੀ ਬਈ ਇਹ ਗੁਬਾਰਾ ਫਟ ਜਾਣਾ ਦੇਖੋ ਕੀ ਹੋਇਆ ਜੀ ਜਿਹੜੇ ਲੋਕ 100-100 ਸੀਟਾਂ ਦਾ ਦਾਵਾ ਕਰਦੇ ਸੀ ਔਰ ਅਕਾਲੀ ਦਲ ਭਾਜਪਾ ਨੂੰ ਤਿੰਨ ਸੀਟਾਂ ਦਿੰਦੇ ਸੀ ਜੀ ਦਿਵਾਰਾਂ ਪੂਰੇ ਪੰਜਾਬ 'ਚ ਦਿਵਾਰਾਂ ਤੇ ਕੇਜਰੀਵਾਲ ਨੇ ਉਹਦੀ ਟੀਮ ਨੇ ਪੋਸਟਰ ਲਗਵਾਤੇ ਜੀ ਕਿ 100 ਸੀਟਾਂ ਜਿੱਤਰੀ ਹੈ ਜੀ ਇਹ ਬਿਲਕੁਲ ਤਿੰਨ ਸੀਟਾਂ ਕਾਲੀ ਦਲ ਬੀਜੇਪੀ ਦੇ ਜਟਰੀ ਔਰ ਹਲੇ ਵੋਟ ਨਹੀਂ ਪਾਈ ਲੋਕਾਂ ਨੇ ਬਿਲਕੁਲ ਯਾਨੀ ਲੋਕਾਂ ਦੇ ਫਤਵੇ ਨੂੰ ਉਡੀਕ ਨਹੀਂ ਕੀਤੀ ਪਹਿਲਾਂ ਆਪਣਾ ਫਤਵਾ ਦੇ ਦਿੱਤਾ ਕੇਜਰੀਵਾਲ ਜੀ ਹੂੰ ਹੂੰ ਫਿਰ ਲੋਕਾਂ ਨੇ ਆਪਣਾ ਫਤਵਾ ਦਿੱਤਾ ਜੀ ਹੁਣ ਅੱਜ ਜਿਹੜੇ ਚੀਫ ਮਿਨਿਸਟਰ ਦੇ ਦਾਅਵੇ ਕਰਦੇ ਸੀ ਜੀ ਬਿਲਕੁਲ ਜਿਹੜੇ ਹਾਲ ਬੁੱਕ ਕਰਾਈ ਬੈਠੇ ਸੀ ਦੇ ਸ਼ੰਭਸ਼ਾ ਵਿੱਚ ਵੀ ਹਾਲ ਬੁੱਕ ਹੋਏ ਸੀ ਇੱਥੇ ਵੀ ਹੋਏ ਸੀ ਜਿਹੜੇ ਇਹਨਾਂ ਦੇ ਇੱਕ ਬਟਾਲੇ ਤੋਂ ਜਿਹੜੇ ਲੜੇ ਮਿਸਟਰ ਗੁਰਪ੍ਰੀਤ ਖੁੱਗੀ ਹਾਂਜੀ ਉਹਨਾਂ ਨੇ ਗਿਣਤੀ ਦਾ ਪਹਿਲੇ ਰਾਉਂਡ 'ਚ ਹੀ ਕਹਿ ਦਿੱਤਾ ਕਿ ਮੈਂ ਜਿੱਤ ਗਿਆ ਤੇ ਉਹ ਚੰਡੀਗੜ੍ਹ ਚਲੇ ਗਏ ਆਫਿਸਰਜ਼ ਦੀ ਮੀਟਿੰਗ ਕਰਨ ਵਾਸਤੇ। ਜੀ। ਉਹਨਾਂ ਨੂੰ ਤਜਰਬਾ ਨਹੀਂ। ਉਹਨਾਂ ਨੂੰ ਲੋਕਾਂ ਦੀਆਂ ਜ਼ਰੂਰਤਾਂ ਦਾ ਨਹੀਂ ਪਤਾ। ਜੀ। ਸਿਸਟਮ ਦਾ ਵੀ ਨਹੀਂ ਪਤਾ। ਸੋ ਉਹਨਾਂ ਨੂੰ ਅੱਜ ਹਾਰ ਦਾ ਮੂੰਹ ਵੇਖਣਾ ਪਿਆ। ਉਹਨਾਂ ਨੂੰ ਸੱਤਾ ਤਾਂ ਉਹਨਾਂ ਨੇ ਕੀ ਚਲਾਉਣੀ ਸੀ ਉਹਨਾਂ ਨੂੰ ਤਾਂ ਆਪੋਜੀਸ਼ਨ ਦਾ ਰੋਲ ਵੀ ਚਲਾਉਣਾ ਨਹੀਂ ਆਉਣਾ। ਸਮਝ ਨਹੀਂ ਆਉਣਾ ਉਹਨਾਂ ਨੂੰ। ਜੀ ਆਪਨੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਉਹ 100 ਸੀਟਾਂ ਤੇ ਜਿੱਤਣਗੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦੀ ਹਾਰ ਦੇ ਇਹੀ ਕਾਰਨ ਰਹੇ ਕਿ ਉਹ ਓਵਰ ਕੌਨਫੀਡੈਂਟ ਰਹੇ ਅ ਇੱਕ ਤਾਂ ਦੇਖੋ ਲੋਕਾਂ ਨੂੰ ਇਹ ਗੱਲ ਸਮਝ ਲੱਗ ਗਈ ਕਿ ਉਹਨਾਂ ਦੀ ਦਿੱਲੀ ਦੀ ਜਿਹੜੀ 2 ਸਵਾ 2 ਸਾਲ ਦੀ ਪਰਫਾਰਮੈਂਸ ਹੈ ਆਮ ਆਦਮੀ ਪਾਰਟੀ ਦੀ ਉਹ ਪੰਜਾਬ ਚ ਪਹੁੰਚ ਗਈ ਉਹਨਾਂ ਨੇ ਦਿੱਲੀ ਚ ਜਿੰਨੇ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਉਹਨਾਂ ਨੇ ਦਿੱਲੀ ਚ ਪੂਰਾ ਨਹੀਂ ਕੀਤਾ ਪੰਜਾਬੀਆਂ ਦਾ ਆਮ ਆਉਣ ਜਾਣ ਦਿੱਲੀ ਚ ਜੀ ਸੋ ਦਿੱਲੀ ਚੋਂ ਜਲਦੀ ਮੈਸੇਜ ਟਰੈਵਲ ਹੋ ਕੇ ਪੰਜਾਬ ਨੂੰ ਆ ਗਿਆ ਇੱਕ ਉਹਨਾਂ ਨੇ ਕੰਮ ਨਹੀਂ ਕੀਤਾ ਇਹ ਉਹ ਉਹਨਾਂ ਨੂੰ ਨੁਕਸਾਨ ਹੋਇਆ ਦੂਸਰਾ ਉਹਨਾਂ ਨੇ ਪੰਜਾਬ ਚ ਆ ਕੇ ਪੰਜਾਬੀਆਂ ਨੂੰ ਨਾ ਰਾਜਨੀਤਿਕ ਤੌਰ ਤੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜੀ ਆਪਣੇ ਬੰਦੇ ਦਿੱਲੀੋਂ ਭੇਜ ਕੇ ਸਾਰਾ ਕੰਟਰੋਲ ਹਥਿਆਉਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬੀ ਇਹ ਗੱਲ ਸਮਝ ਗਏ ਜੀ ਕਿ ਅਸੀਂ ਬਾਹਰੀ ਲੋਕਾਂ ਦੇ ਹੱਥ ਵਿੱਚ ਨਹੀਂ ਆਪਣੇ ਪੰਜਾਬ ਨੂੰ ਦੇਣਾ ਚਾਹੁੰਦੇ ਇੱਕ ਹੋਰ ਜਿਹੜੀ ਬੜੀ ਇੰਪੋਰਟੈਂਟ ਤੇ ਸੀਰੀਅਸ ਗੱਲ ਸੀ ਕਿ ਜਿਹੜੇ ਪੰਜਾਬ ਨੂੰ ਤੇ ਦੇਸ਼ ਨੂੰ ਤੋੜਨ ਵਾਲੀਆਂ ਸ਼ਕਤੀਆਂ ਆ ਉਹਨਾਂ ਦੇ ਨਾਲ ਹੀ ਅੰਦਰੋਂ ਰਲੇ ਹੋਏ ਸੀ ਜੀ ਇਹ ਵੀ ਲੋਗੀ ਇਸ ਵਾਰੀ ਇਲੈਕਸ਼ਨ ਦੇ ਵਿੱਚ ਐਨਆਰਆਈਜ਼ ਪੋਲੀਟੀਕਲ ਤੌਰ ਤੇ ਬਹੁਤ ਐਕਟਿਵ ਰਹਨੇ ਦੁਆਬੇ ਦੇ ਵਿੱਚ ਤਾਂ ਖਾਸ ਕਰਕੇ ਐਨਆਰਆਈਜ਼ ਨੇ ਬਿਲਕੁਲ ਇਹ ਜਿਹੜੀਆਂ ਵਿਰੋਧੀ ਸ਼ਕਤੀਆਂ ਉਹਨਾਂ ਨਾਲ ਵੀ ਰਲੇ ਹੋਏ ਸੀ ਐਨਆਰਆਈ ਤੇ ਸਾਡੇ ਭਰਾ ਆ ਜਿਹੜੇ ਵਿਚਾਰੇ ਮਿਸਗਾਈਡ ਹੋ ਗਏ ਜੀ ਸਾਰੇ ਨਹੀਂ ਸਾਰੇ ਨਹੀਂ ਲੇਕਿਨ ਜਿਨਨੇ ਐਕਟਿਵ ਹੋਏ ਜੀ ਸਾਡੇ ਖਿਲਾਫ ਆ ਇੱਥੇ ਪੰਜਾਬ ਚ ਉਹਨਾਂ ਦਾ ਆ ਰੌਲਾ ਜਿਆਦਾ ਸੀ ਲੇਕਿਨ ਜਿਹੜੇ ਸਾਡੇ ਹੱਕ ਚ ਸੀ ਐਨ ਆਰ ਆਈ ਉਹਨਾਂ ਨੇ ਅੰਦਰੂਨੀ ਸਾਡੀ ਮਦਦ ਕੀਤੀ ਇਸੇ ਕਰਕੇ ਤੁਸੀਂ ਦੇਖ ਲਓ ਦੁਆਬਾ ਜਿਹੜਾ ਆ ਉੱਥੇ ਸਭ ਤੋਂ ਵੱਧ ਐਨ ਆਰ ਆਈ ਆ ਸਭ ਤੋਂ ਹਰ ਘਰ ਵਿੱਚ ਇੱਕ ਪਰਿਵਾਰ ਦਾ ਮੈਂਬਰ ਵਿਦੇਸ਼ ਚ ਬੈਠਾ ਪਰ ਆਪ ਉੱਥੇ ਹਾਰ ਗਈ ਦੁਆਬੇ ਚ ਬੁਰੀ ਤਰ੍ਹਾਂ ਹਾਰੀ ਆ ਔਰ ਵੋਟ ਪਰਸੈਂਟੇਜ ਬੜਾ ਘਟਿਆ ਇਹਦਾ ਕਾਰਨ ਇਹ ਹੈ ਕਿ ਐਨ ਆਰ ਆਈਸ ਸਾਰੇ ਸਾਡੇ ਖਿਲਾਫ ਨਹੀਂ ਕੁਝ ਸੀਗੇ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਲੇਕਿਨ ਰਿਜ਼ਲਟ ਤੁਹਾਡੇ ਸਾਹਮਣੇ ਆ ਗਿਆ ਜੀ ਮਤਲਬ ਕਿ ਇੱਕ ਸ਼ੋਰ ਸੀ ਸਿਰਫ ਇੱਕ ਸ਼ੋਰ ਸੀ ਬਸ ਕਿ ਐਨਆਰਆਈਸ ਸਾਰੇ ਆਮ ਆਦਮੀ ਪਾਰਟੀ ਵੱਲ ਨੇ ਪਰ ਐਕਚੁਅਲੀ ਅੰਦਰੋਂ ਉਹ ਸ਼ੋਮਨੀ ਅਕਾਲੀ ਦਲ ਦੀ ਵੀ ਹਮਾਇਤੀ ਰਹੇ ਨੇ ਕੰਮ ਦੀ ਹਮਾਇਤ ਕਰਦੇ ਸੀ ਉਹ ਕੰਮ ਦੀ ਹਮਾਇਤ ਕਰਦੇ ਉਹਨਾਂ ਨੂੰ ਪਤਾ ਸੀ ਕਿ ਅਕਾਲੀ ਦਲ ਨੇ ਕੰਮ ਕੀਤੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਹੋਰ ਚੰਗਾ ਲੀਡਰ ਨਹੀਂ ਅਗਵਾਈ ਦੇ ਸਕਦਾ ਪੰਜਾਬ ਨੂੰ ਇੱਥੇ ਸਾਂਝੀਵਾਲਤਾ ਪੀਸ ਭਾਈਚਾਰਾ ਬਹਾਲ ਕੀਤਾ ਸਦਾਬਾਦਲ ਨੇ ਉਹਨਾਂ ਐਨਆਰਆਈਜ਼ ਨੇ ਮਦਦ ਕੀਤੀ ਸਾਡੀ ਖੁੱਲ ਕੇ ਮਦਦ ਕੀਤੀ ਜੀ ਪਵਨ ਜੀ ਕਾਂਗਰਸ 77 ਸੀਟਾਂ ਲੈ ਕੇ ਵਿਧਾਨ 15ਵੀਂ ਵਿਧਾਨ ਸਭਾ ਕਾਂਗਰਸ ਨੇ ਬਣਾਈ ਹੈ ਉਹਨੇ ਇੰਨੇ ਵੱਡੇ ਵੱਡੇ ਦਾਅਵੇ ਕੀਤੇ ਲੋਕਾਂ ਨਾਲ ਤੁਹਾਨੂੰ ਕੀ ਲੱਗਦਾ ਕਿ ਉਹ ਪੂਰੇ ਕਰ ਸਕਣਗੇ ਉਹ ਦਾਅਵੇ ਉਹ ਵਾਦੇ ਜੋ ਉਹਨਾਂ ਨੇ ਲੋਕਾਂ ਨਾਲ ਕੀਤੇ ਇਹ ਤਾਂ ਸਵਾਲ ਹੁਣ ਤੁਸੀਂ ਉਹਨਾਂ ਨੂੰ ਬੁਲਾਓਗੇ ਜਦੋਂ ਉਹਨਾਂ ਨੂੰ ਜ਼ਰੂਰ ਪੁੱਛਿਓ ਜੀ ਕਿ ਉਹਨਾਂ ਨੇ ਹੁਣ 77 ਸੀਟਾਂ ਦਾ ਮੰਡੇਟ ਫਤਵਾ ਪੰਜਾਬੀਆਂ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਜੀ ਬਿਲਕੁਲ ਔਰ ਜਿਹੜੇ ਹੁਣ ਉਹਨਾਂ ਨੇ ਝੂਠੇ ਵਾਅਦੇ ਕੀਤੇ ਆ ਚਲੋ ਅਸੀਂ ਹਾਲੇ ਤਾਂ ਝੂਠੇ ਨਹੀਂ ਕਹਿੰਦੇ ਜੀ 6 ਮਹੀਨੇ ਤਾਂ ਅਸੀਂ ਦਵਾਂਗੇ ਉਹਨਾਂ ਨੂੰ ਪਬਲਿਕ ਪਬਲਿਕ ਨੂੰ ਵੀ ਆਮ ਪੰਜਾਬੀਆਂ ਨੂੰ 6 ਮਹੀਨੇ ਤਾਂ ਦੇਣੇ ਚਾਹੀਦੇ ਉਹਨਾਂ ਨੂੰ ਬਿਲਕੁਲ ਤਾਂ ਕਿ 25 ਲੱਖ ਨੌਕਰੀ ਜਿਹੜੀ ਆ ਉਹ ਦੇਣ ਦਾ ਵਾਅਦਾ ਕੈਪਟਨ ਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾਂ ਪੰਜਾਬੀਆਂ ਨਾਲ ਕੀਤਾ ਸੀ ਬਿਲਕੁਲ ਫਿਰ ਨੌਜਵਾਨਾਂ ਨੂੰ 스마트ਫੋਨ ਦੇਣ ਦਾ ਵਾਅਦਾ ਕੀਤਾ ਸੀ ਬਿਲਕੁਲ ਫਿਰ ਕਿਹਾ ਵੀ ਕਿਸਾਨਾਂ ਦੇ ਜ਼ਿਮੀਦਾਰਾਂ ਦੇ ਸਾਰੇ ਕਰਜ਼ੇ ਚਾਹੇ ਉਹ ਬੈਂਕਾਂ ਦੇ ਆ ਚਾਹੇ ਕੋਆਪਰੇਟਿਵ ਸੁਸਾਇਟੀਆਂ ਦੇ ਆ ਕਮਰਸ਼ੀਅਲ ਬੈਂਕਾਂ ਦੇ ਚਾਹੇ ਉਹ ਪ੍ਰਾਈਵੇਟ ਆੜਤੀਆਂ ਦੇ ਆ ਉਹਨਾਂ ਸਾਰਿਆਂ ਦੇ ਕਰਜ਼ੇ ਅਸੀਂ ਮਾਫ਼ ਕਰ ਦਿਆਂਗੇ ਫਾਰਮ ਪਰ ਆਏ ਬਕਾਇਦਾ ਹੋਣਗੇ ਹਲਕੇ ਕੇਂਦਰ ਨੇ ਇਸ ਗੱਲ ਨੂੰ ਮਨਾਂ ਕਰ ਦਿੱਤਾ ਅਰ ਵਿੱਤ ਮੰਤਰੀ ਨੇ ਕਿਹਾ ਦੋਸਤ ਜੀ ਨੇ ਕਿਹਾ ਬਿਲਕੁਲ ਸੋ ਇਹ ਗੱਲ ਆ ਇਹਨਾਂ ਨੇ ਉਸ ਵੇਲੇ ਸਿਰਫ ਵੋਟਾਂ ਲੋਕਾਂ ਦੀਆਂ ਹਾਸਲ ਕਰਨ ਲਈ ਮੰਡੀਆਂ 'ਚ ਬੈਠ ਕੇ ਫਾਰਮ ਭਰੇ ਕਿਸਾਨਾਂ ਦੇ ਭੋਲੇ ਭਾਲੇ ਕਿਸਾਨਾਂ ਦੇ ਉਹ ਹੁਣ ਅਸੀਂ ਜ਼ਰੂਰ ਪਬਲਿਕ ਵੀ ਪੁੱਛੂਗੀ ਬਿਲਕੁਲ ਬਿਲਕੁਲ ਪੰਜਾਬੀ ਬੜੇ ਹੈਗਾ ਵਧੂਗਾ ਪੰਜਾਬੀ ਵੀ ਪੁੱਛਣਗੇ ਵੀ ਭਾਈ ਕਰਜ਼ੇ ਮਾਫ ਕਰਾਓ ਬਿਲਕੁਲ ਔਰ ਮੈਂ ਸਮਝਦਾ ਅਮਰਿੰਦਰ ਸਿੰਘ ਜੀ ਨੂੰ ਇਹ ਹੁਣ ਲਿਸਟ ਜਾਰੀ ਕਰਨੀ ਚਾਹੀਦੀ ਆਪਣੀ ਵੀ ਕਿੰਨੇ ਲੱਖ ਬੰਦੇ ਨੇ ਕਿੰਨੇ ਲੱਖ ਕਿਸਾਨ ਨੇ ਪੰਜਾਬ 'ਚ ਫਾਰਮ ਭਰਿਆ ਔਰ ਉਹ ਸਾਰੀ ਲਿਸਟ ਜਾਰੀ ਕਰ ਦੇਣੀ ਚਾਹੀਦੀ ਕਿ ਇਹਨਾਂ ਦੇ ਕਰਜ਼ੇ ਇੰਨੀ ਤਰੀਕ ਤੱਕ ਅਸੀਂ ਮਾਫ ਕਰ ਦਾਂਗੇ ਜੀ ਕਿੰਨਾ ਕਿੰਨਾ ਲੋਨ ਹੈਗਾ ਸਾਰਿਆਂ ਤੇ ਔਰ 25 ਲੱਖ ਨੌਕਰੀਆਂ ਦਾ ਹੁਣ ਪ੍ਰੋਸੈਸ ਸੌਂ ਚੁੱਕ ਲਈ ਹੈ ਕਾਂਗਰਸ ਨੇ ਤੇ ਸ਼ੁਰੂ ਕਰ ਦੇਣਾ ਚਾਹੀਦਾ ਤਾਂ ਕਿ ਪੰਜਾਬ ਦੇ ਨੌਜਵਾਨ ਜਿਹੜੇ ਆ ਬੇਰੁਜ਼ਗਾਰ ਆ ਵਿਲੇ ਆ ਉਹਨਾਂ ਨੂੰ ਜਬਾ ਹਾਸਲ ਹੋ ਸਕਣ ਔਰ ਇਸ ਤੋਂ ਇਲਾਵਾ ਗਰੀਬਾਂ ਨਾਲ ਜਿਹੜੀ ਬੁਢਾਪਾ ਪੈਨਸ਼ਨ ਹੈ ਉਹਦਾ 2000 ਦਾ ਵਾਅਦਾ ਕੀਤਾ ਹਾਂਜੀ ਔਰ ਸ਼ਗਨ ਸਕੀਮ ਵਧਾਉਣ ਦਾ 51000 ਦਾ ਵਾਅਦਾ ਕੀਤਾ ਇਹ ਸਾਰੀਆਂ ਸਕੀਮਾਂ ਹੁਣ ਕਾਂਗਰਸ ਪਾਰਟੀ ਨੂੰ ਲਾਗੂ ਕਰਨੀਆਂ ਪੈਣਗੀਆਂ ਨਹੀਂ ਤਾਂ ਫਿਰ ਲੋਕ ਕਹਿਣਗੇ ਵੀ ਇਹ ਧੋਖੇ ਨਾਲ ਸੱਤਾ 'ਚ ਆ ਗਏ। ਸਿਰ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦਾ ਖਜ਼ਾਨਾ ਬਹੁਤ ਭਰਿਆ ਹੈ ਕਾਂਗਰਸ ਇਹਨੂੰ ਪੂਰਾ ਕਰ ਸਕੂਗੀ? ਦੇਖੋ ਵੈਸੇ ਤਾਂ ਜਦੋਂ ਵੀ ਕੋਈ ਪਾਰਟੀ ਸੱਤਾ 'ਚ ਆਉਂਦੀ ਹੈ ਉਹਨੂੰ ਇਹ ਗੱਲ ਕਹਿਣ ਦੀ ਆਦਤ ਹੁੰਦੀ ਹੈ ਜੀ ਖਜ਼ਾਨਾ ਖਾਲੀ ਹੈ। ਜੀ ਬਿਲਕੁਲ। ਪਰ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦੁਬਾਰਾ ਦੂਜੀ ਵਾਰ 2012 'ਚ ਸਰਕਾਰ ਬਣਾਈ ਸੀ। ਜੀ। ਤਾਂ ਉਹਨਾਂ ਨੇ ਨਹੀਂ ਕਿਹਾ ਖਜ਼ਾਨਾ ਖਾਲੀ ਉਹਨਾਂ ਨੇ ਤੁਰੰਤ 2012 'ਚ ਹੀ ਵਿਕਾਸ ਦੇ ਕੰਮ ਸ਼ੁਰੂ ਕਰਤੇ ਸੀ। ਜੀ। ਤੁਸੀਂ ਦੇਖ ਲਓ ਕਿੰਨੀਆਂ ਰੋਡਸ ਬਣੀਆਂ, ਬਿਜਲੀ ਦੇ ਵਿੱਚ ਪੰਜਾਬ ਦੇਸ਼ ਦਾ ਬਿਜਲੀ ਸਰਪਲਸ ਵਾਲਾ ਸੂਬਾ ਅਕਾਲੀ ਦਲ ਨੇ ਬਣਾਇਆ ਜੀ ਬਿਲਕੁਲ ਅਕਾਲੀ ਦਲ ਨੇ ਨਹੀਂ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਆਮਦਨ ਵੀ ਵਧਾਈ ਖਰਚ ਵੀ ਕੀਤਾ ਪੰਜਾਬ ਦੇ ਉੱਤੇ ਹੁਣ ਜੇ ਤਾਂ ਇਹਨਾਂ ਨੂੰ ਕੰਮ ਕਰਨਾ ਆਏਗਾ ਜੀ ਤੇ ਫਿਰ ਜ਼ਰੂਰ ਰਸਤੇ ਕੱਢਣਗੇ ਫਿਰ ਨੌਕਰੀਆਂ ਵੀ ਦੇਣਗੇ ਫਿਰ ਕਰਜ਼ੇ ਮਾਫ ਵੀ ਕਰਨਗੇ ਜੀ ਤੇ ਕੋਈ ਨਾ ਕੋਈ ਪਹਿਲਾਂ ਕਾਂਗਰਸ ਪਾਰਟੀ ਨੇ ਨੈਸ਼ਨਲ ਲੈਵਲ ਤੇ ਕੋਈ ਸਲਾਹ ਕੀਤੀ ਹੋਏਗੀ ਜੀ ਕੱਲ੍ਹ ਵੀ ਅਸੀਂ ਆ ਨੌਕਰੀਆਂ ਦੇਣੀਆਂ ਕਰਜ਼ੇ ਮਾਫ਼ ਕਰਨੇ ਆ ਕਿੱਥੋਂ ਕਰਨੇ ਇਹ ਸਲਾਹ مشورہ ਕਰਕੇ اعلان ਕੀਤਾ ਹੋਵੇਗਾ ਜੀ ਹੁਣ ਜਦੋਂ ਆਪਾਂ ਕੋਈ ਆਪਾਂ ਪਰਿਵਾਰ ਵਿੱਚ ਬੈਠ ਕੇ ਵੀ ਕਿਸੇ ਨੂੰ ਕੋਈ ਚੀਜ਼ ਦੇਣ ਦਾ ਐਲਾਨ ਕਰਦੇ ਆ ਤਾਂ ਆਪਾਂ ਪਹਿਲਾਂ ਬੈਠ ਕੇ ਸੋਚ ਲੈਨੇ ਵੀ ਕਿੱਥੋਂ ਦੇਣੇ ਸੋ ਕਾਂਗਰਸ ਪਾਰਟੀ ਨੇ ਵੀ ਕੋਈ ਸਲਾਹ مشورہ ਕੀਤਾ ਹੋਵੇਗਾ ਬਈ راہول ਜੀ ਕੋ ਪੈਸੇ ਲਿਆ ਕੇ ਦੇਣੇ ਆ ਜਾਂ ਕੋਈ ਹੋਰ ਸਟੇਟ ਆ ਜਾਂ ਇੱਥੋਂ ਪੰਜਾਬ 'ਚ ਲੋਕਾਂ ਨੂੰ ਟੈਕਸ ਲਾਉਣੇ ਆ ਦੁਬਾਰਾ ਟੈਕਸ ਦੇ ਬੋਝ ਥੱਲੇ ਆਉਣਾ ਲਿਆਉਣਾ ਲੋਕਾਂ ਨੂੰ ਇਹ ਤਾਂ ਹੁਣ ਕਾਂਗਰਸ ਜਵਾਬ ਦੇ ਜਵਾਬ ਦੇਗੀ ਜੀ ਤੇ ਅਕਾਲੀ ਭਾਜਪਾ ਆਪੋਜੀਸ਼ਨ ਦੇ ਤੌਰ ਤੇ ਕੀ ਰੋਲ ਨਿਭਾਈਗੀ ਇਹਦੇ ਵਿੱਚ ਜੇ ਕਾਂਗਰਸ ਆਪਣੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਅਸੀਂ ਵਿਧਾਨ ਸਭਾ 'ਚ ਵੀ ਆਪਣਾ ਰੋਲ ਅਦਾ ਕਰਾਂਗੇ ਅਸੀਂ ਕਾਂਗਰਸ ਨੂੰ ਪੁੱਛਾਂਗੇ ਵੀ ਲੋਕਾਂ ਨਾਲ ਤੁਸੀਂ ਅਗਰ ਵਾਅਦੇ ਕੀਤੇ ਤਾਂ ਉਹਨੂੰ ਪੂਰਾ ਕਰੋ ਫਿਰ ਅਸੀਂ ਆਮ ਜਨਤਾ 'ਚ ਵੀ ਜਾਵਾਂਗੇ ਜਨਤਾ ਦੀ ਕਚਹਿਰੀ 'ਚ ਜਾਵਾਂਗੇ ਕਿਉਂਕਿ ਲੋਕਤੰਤਰ 'ਚ ਲੋਕ ਸਭ ਤੋਂ ਉੱਪਰ ਹੈ ਜੀ ਬਿਲਕੁਲ ਲੋਕਾਂ ਨੇ ਫੈਸਲਾ ਦੇਣਾ ਹੈ ਜੀ ਤੇ ਅਗਰ ਵਾਦੇ ਝੂਠੇ ਹੋਏ ਤਾਂ ਫਿਰ ਸਾਡੇ ਕਹਿਣ ਦੀ ਜ਼ਿਆਦਾ ਲੋੜ ਨਹੀਂ ਕਿਉਂਕਿ ਪੰਜਾਬੀ ਬਹੁਤ ਐਡਵਾਂਸ ਹੈ ਜੀ ਪੰਜਾਬੀ ਬਹੁਤ ਐਡਵਾਂਸ ਫੈਸਲੇ ਲੈਂਦੇ ਆ ਇਹ ਸਾਬਤ ਕਰ ਦਿੰਦਾ ਦੇਸ਼ ਸੋ ਫਿਰ ਇਹਨਾਂ ਨੂੰ ਖਮਾਇਦਾ ਭੁਗਤਣਾ ਪਏਗਾ ਜੀ ਜੀਟੀਨੂ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਸਾਡੇ ਦਰਸ਼ਕਾਂ ਨਾਲ ਤੁਸੀਂ ਇੰਨੀਆਂ ਗੱਲਾਂ ਸਾਂਝੀਆਂ ਕੀਤੀਆਂ ਉਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਸ਼ੁਕਰੀਆ